ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਐਚ ਕੇ ਫੈਸ਼ਨ ਬੁਟੀਕ 'ਤੇ। ਹੋਰ ਸੁਣਾਓ ਜੀ, ਕਿਵੇਂ ਠੀਕ ਠਾਕ ਹੋ ਤੁਸੀਂ? ਆਈ ਹੋਪ ਤੁਸੀਂ ਵਧੀਆ ਹੋਵੋਗੇ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਚੈਨਲ 'ਤੇ। ਹੋਰ ਸੁਣਾਓ ਜੀ, ਕਿਵੇਂ ਠੀਕ ਠਾਕ ਹੋ ਤੁਸੀਂ? ਅਤੇ ਹਾਂਜੀ ਫਰੈਂਡ, ਜੋ ਮੇਰੇ ਚੈਨਲ 'ਤੇ ਨਿਊ ਨੇ, ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਅਤੇ ਤੁਸੀਂ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇਖ ਸਕੋ। ਅਤੇ ਹਾਂਜੀ, ਬਹੁਤ ਸੋਹਣੇ ਮਸ਼ੀਨੀ ਕਢਾਈ ਵਾਲੇ ਸੂਟ ਲੈ ਕੇ ਆਈ ਹਾਂ ਅਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੇਗੀ। ਅਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ। ਤੁਸੀਂ ਆਪਣੀ ਮਨਪਸੰਦ ਦੇ ਫੈਬਰਿਕ 'ਤੇ ਕਿਸੇ 'ਤੇ ਵੀ ਇਹ ਸੂਟ ਰੈਡੀ ਕਰਵਾ ਸਕਦੇ ਹੋ ਅਤੇ ਤੁਹਾਡੀ ਆਪਣੀ ਚੋਇਸ ਹੋਊਗੀ ਜਿਹੜਾ ਤੁਸੀਂ ਫੈਬਰਿਕ ਪਸੰਦ ਕਰਦੇ ਹੋ ਅਤੇ ਦੁਪੱਟਾ ਵੀ ਤੁਹਾਡੀ ਚੋਇਸ ਦੇ ਅਕੋਰਡਿੰਗ ਹੀ ਲਗਾਇਆ ਜਾਊਗਾ। ਅਤੇ ਬਾਕੀ ਫਰੈਂਡਸ, ਜਿਹੜੇ ਵੀ ਤੁਸੀਂ ਜੋ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਉਹ ਮੈਨੂੰ ਸਕਰੀਨਸ਼ੋਟ ਭੇਜ ਕੇ ਮੇਰੇ ਦਿੱਤੇ ਹੋਏ ਵਟਸਐਪ ਨੰਬਰ 'ਤੇ ਮੈਨੂੰ ਮੈਸੇਜ ਕਰਕੇ ਆਪਣਾ ਔਡਰ ਬੁੱਕ ਕਰਵਾ ਸਕਦੇ ਹੋ। ਅਤੇ ਪੇਮੈਂਟ ਫਰੈਂਡਸ ਔਨਲਾਈਨ ਕੀਤੀ ਜਾਵੇਗੀ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਅਤੇ ਕਿਸੇ ਵੀ ਮੋਡ ਰਾਹੀਂ ਤੁਸੀਂ ਆਪਣਾ ਪੇਮੈਂਟ ਕਰ ਸਕਦੇ ਹੋ। ਬਾਕੀ ਆਪਣਾ ਕੋਈ ਇਹੋ ਜਿਹੀ ਪ੍ਰੋਬਲਮ ਤੁਹਾਨੂੰ ਨਹੀਂ ਆਏਗੀ ਕਿ ਜਿਵੇਂ ਤੁਸੀਂ ਕਈ ਵਾਰ ਪੁੱਛਦੇ ਹੋ ਕਿ ਅਸੀਂ ਪੇਮੈਂਟ ਕਰਤੀ ਤਾਂ ਤੁਸੀਂ ਸਾਨੂੰ ਸੂਟ ਭੇਜੋਗੇ ਜਾਂ ਨਹੀਂ ਭੇਜੋਗੇ, ਇਹੋ ਜਿਹੀ ਫਰੈਂਡਸ ਕੋਈ ਵੀ ਗੱਲ ਨਹੀਂ ਹੈਗੀ। ਅਸੀਂ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਧੋਖੇ ਵਾਲਾ ਕੰਮ ਨਹੀਂ ਕਰਦੇ ਅਤੇ ਸੂਟ ਤੁਹਾਨੂੰ ਟਾਈਮ 'ਤੇ ਹੀ, ਜਿਹੜਾ ਅਸੀਂ ਟਾਈਮ ਦੇਵਾਂਗੇ ਉਸੇ ਹੀ ਟਾਈਮ 'ਤੇ ਭੇਜਾਂਗੇ। ਅਤੇ ਤੁਸੀਂ ਜਲਦੀ ਜਲਦੀ ਆਪਣੇ ਔਡਰ ਬੁੱਕ ਕਰਵਾ ਲਓ ਅਤੇ ਤੁਸੀਂ ਸੂਟ ਵਿਦ ਸਟਿਚਿੰਗ ਜਾਂ ਵਿਦਆਊਟ ਸਟਿਚਿੰਗ ਜਿਸ ਤਰ੍ਹਾਂ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਉਸੇ ਤਰ੍ਹਾਂ ਹੀ ਆਪਣਾ ਸੂਟ ਲੈ ਸਕਦੇ ਹੋ ਅਤੇ ਫੈਬਰਿਕ ਤੁਸੀਂ ਆਪਣੀ ਚੋਇਸ ਦਾ ਲਗਾ ਸਕਦੇ ਹੋ। ਅਤੇ ਫਰੈਂਡਸ, ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੇਗੀ। ਪਲੀਜ਼ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਅਤੇ ਬਾਕੀ ਅਗਰ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਇਨ ਹੁੰਦਾ ਤਾਂ ਤੁਸੀਂ ਉਹ ਵੀ ਮੈਨੂੰ ਪਿੱਕ ਭੇਜ ਕੇ ਆਪਣਾ ਉਹੀ ਡਿਜ਼ਾਇਨ ਰੈਡੀ ਕਰਵਾ ਸਕਦੇ ਹੋ। ਸ਼ਿਪਿੰਗ ਦਾ ਕੋਈ ਚਾਰਜਸ ਨਹੀਂ ਲੈਂਦੇ ਫਰੈਂਡਸ। ਬਾਕੀ ਅਗਰ ਕੋਈ ਵਰਲਡ ਵਾਈਡ ਜਿਵੇਂ ਕੋਈ ਫੋਰਨ ਵਾਲੇ ਹੁੰਦੇ ਆ ਉਸ ਤਰ੍ਹਾਂ ਦਾ, ਉਸ ਹਿਸਾਬ ਨਾਲ ਆਪਾਂ ਦੇਖਿਆ ਜਾਂਦਾ ਹੈ। ਅਤੇ ਪਲੀਜ਼ ਸਾਨੂੰ ਜ਼ਰੂਰ ਜਲਦੀ ਜਲਦੀ ਦੱਸੋ ਕਿ ਤੁਸੀਂ ਕਿਹੜੇ ਕਿਹੜੇ ਸੂਟ ਰੈਡੀ ਕਰਵਾਉਣੇ ਹੈ ਅਤੇ ਤਾਂ ਜੋ ਕਿ ਤੁਹਾਡੇ ਸੂਟ ਰੈਡੀ ਕਰਕੇ ਜਲਦੀ ਜਲਦੀ ਤੁਹਾਨੂੰ ਪਹੁੰਚਾ ਦਿੱਤੇ ਜਾਣ। ਅਤੇ ਫਰੈਂਡਸ, ਸਾਰੇ ਹੀ ਡਿਜ਼ਾਇਨ ਬਹੁਤ ਸੋਹਣੇ ਨੇ ਅਤੇ ਬਹੁਤ ਹੀ ਸੋਬਰ ਜਿਹੇ ਕਲਰ ਨੇ, ਸੋਬਰ ਜਿਹੇ ਡਿਜ਼ਾਇਨ ਨੇ ਅਤੇ ਸਾਰੇ ਹੀ ਡਿਜ਼ਾਇਨ ਨਿਊ ਨੇ। ਅਤੇ ਬਾਕੀ ਮੈਨੂੰ ਪਤਾ ਕਿ ਤੁਹਾਨੂੰ ਪਹਿਲਾਂ ਦੀ ਵੀਡੀਓ ਵਾਂਗ ਇਹ ਵੀ ਵੀਡੀਓ ਵਧੀਆ ਲੱਗੇਗੀ ਅਤੇ ਤੁਹਾਨੂੰ ਸਾਰੇ ਹੀ ਡਿਜ਼ਾਇਨ ਪਸੰਦ ਆਉਣਗੇ। ਅਤੇ ਪਲੀਜ਼ ਜਲਦੀ ਜਲਦੀ ਆਪਣਾ ਔਡਰ ਬੁੱਕ ਕਰਵਾ ਲਓ ਅਤੇ ਆਪਣੇ ਸੂਟ ਰੈਡੀ ਲੈ ਲਓ ਫਰੈਂਡਸ। ਅਤੇ ਜੇ ਤੁਹਾਨੂੰ ਕੋਈ ਵੀਡੀਓ 'ਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਲੱਗਦੀ ਹੈ ਤਾਂ ਪਲੀਜ਼ ਉਹ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ ਅਤੇ ਤਾਂ ਜੋ ਕਿ ਉਹ ਪ੍ਰੋਬਲਮ ਵੀ ਆਪਾਂ ਦੇਖ ਸਕੀਏ ਕਿ ਆਪਾਂ ਕਿੱਥੇ ਕਮੀ ਹੈ, ਹੈ ਨਾ। ਅਤੇ ਕੋਈ ਤੁਹਾਨੂੰ ਕਿਸੇ ਹੋਰ ਟਾਈਪ 'ਤੇ ਵੀਡੀਓ ਚਾਹੀਦੀ ਹੋਵੇ ਤਾਂ ਪਲੀਜ਼ ਉਹ ਵੀ ਮੈਨੂੰ ਦੱਸਿਓ। ਬਾਕੀ ਕੋਈ ਸੂਟ ਪੇਂਟਿੰਗ ਵਗੈਰਾ ਕਰਾਉਣੇ ਆ ਜਾਂ ਹੈਂਡਵਰਕ ਵਾਲਾ ਕੰਮ ਕਰਵਾਉਣਾ ਤੁਸੀਂ ਤਾਂ ਉਹ ਵੀ ਆਪਣੀਆਂ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ, ਉਹਨਾਂ 'ਤੇ ਜਾ ਕੇ ਤੁਸੀਂ ਉਹ ਵੀ ਤੁਸੀਂ ਮੈਨੂੰ ਔਡਰ ਬੁੱਕ ਕਰਵਾ ਸਕਦੇ ਹੋ। ਅਤੇ ਵੈਸੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੇਗੀ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਤੁਸੀਂ ਕਹੋਗੇ ਉਹੀ ਤੁਹਾਨੂੰ ਸੇਮ ਡਿਟੋ ਕਾਪੀ ਕਰਕੇ ਦਿੱਤਾ ਜਾਊਗਾ ਅਤੇ ਫੈਬਰਿਕ ਦੀ ਕੋਈ ਕਮੀ ਨਹੀਂ ਆਊਗੀ, ਕੋਈ ਵੀ ਪ੍ਰੋਬਲਮ ਨਹੀਂ ਆਊਗੀ ਕਿ ਅਸੀਂ ਜਾਂ ਜੋ ਫੈਬਰਿਕ ਆ ਉਹ ਨਹੀਂ ਲਗਾਇਆ। ਅਸੀਂ ਤੁਹਾਡੀ ਚੋਇਸ ਦਾ ਹੀ ਫੈਬਰਿਕ, ਵਧੀਆ ਫੈਬਰਿਕ ਲਗਾਵਾਂਗੇ ਅਤੇ ਬਹੁਤ ਹੀ ਠੀਕ ਠੀਕ ਰੇਟਾਂ 'ਤੇ ਆਪਾਂ ਸੂਟ ਰੈਡੀ ਕਰਕੇ ਦਿੰਦੇ ਹਾਂ ਅਤੇ ਕੋਰੀਅਰ ਵੀ ਜਲਦੀ ਜਲਦੀ ਪਹੁੰਚ ਜਾਂਦੇ ਆ। ਕਦੇ ਵੀ ਕੋਈ ਇਹੋ ਜਿਹੀ ਦਿੱਕਤ ਨਹੀਂ ਆਈ ਕਿ ਕੋਰੀਅਰ ਟਾਈਮ 'ਤੇ ਨਹੀਂ ਪਹੁੰਚੇਗਾ।
ਅਤੇ ਬਾਕੀ ਫਰੈਂਡਸ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ, ਅਤੇ ਪਲੀਜ਼ ਜੋ ਮੇਰੇ ਚੈਨਲ 'ਤੇ ਨਿਊ ਨੇ ਪਲੀਜ਼ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਵੀ ਪ੍ਰੈੱਸ ਕਰ ਲਿਓ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਟਾਈਮ ਟਾਈਮ 'ਤੇ, ਅਤੇ ਤੁਸੀਂ ਮੇਰੀਆਂ ਵੀਡੀਓ ਦਾ ਫਾਇਦਾ ਲੈ ਸਕੋ, ਅਤੇ ਮੇਰੀ ਵੀਡੀਓ ਨੂੰ ਪਲੀਜ਼ ਅੱਗੇ ਵੀ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਕਰ ਦਿਆ ਕਰੋ ਤਾਂ ਜੋ ਕਿ ਉਹ ਵੀ ਮੇਰੀ ਵੀਡੀਓ 'ਤੇ ਆ ਕੇ ਆਪਣੇ ਸੂਟ ਦੇਖਣ, ਡਿਜ਼ਾਇਨ ਦੇਖਣ ਅਤੇ ਸੂਟ ਰੈਡੀ ਕਰਵਾ ਸਕਣ। ਅਤੇ ਸੂਟ ਫਰੈਂਡਸ ਔਨ ਆਰਡਰ ਹੀ ਰੈਡੀ ਕੀਤੇ ਜਾਂਦੇ ਨੇ, ਅਤੇ ਕਿਉਂਕਿ ਔਰਡਰ ਦੇ ਮੁਤਾਬਿਕ ਵੀ ਤੁਹਾਡਾ ਮੈਜ਼ਰਮੈਂਟ ਵਗੈਰਾ ਜਿਸ ਤਰ੍ਹਾਂ ਦਾ ਵੀ ਹੋਵੇਗਾ ਉਸ ਦੇ ਹਿਸਾਬ ਨਾਲ ਹੀ ਸੂਟ ਰੈਡੀ ਕੀਤੇ ਜਾਂਦੇ ਆ। ਸੂਟ ਆਪਾਂ ਰੈਡੀ ਕਰਕੇ ਨਹੀਂ ਰੱਖਦੇ, ਸੂਟ ਆਪਾਂ ਔਨ ਆਰਡਰ ਹੀ ਰੈਡੀ ਕਰਦੇ ਹਾਂ। ਅਤੇ ਆਪਣਾ ਮੈਜ਼ਰਮੈਂਟ ਦੱਸੋ ਅਤੇ ਸੂਟ ਆਪਣਾ ਰੈਡੀ ਕਰਵਾ ਲਓ, ਅਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਊਗੀ ਜੀ ਤੁਹਾਨੂੰ। ਅਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਅਤੇ ਕਿਹੜੇ ਕਿਹੜੇ ਡਿਜ਼ਾਇਨ ਤੁਹਾਨੂੰ ਸੋਹਣੇ ਲੱਗਦੇ ਆ। ਅਤੇ ਸਾਰੇ ਹੀ ਬੁਟੀਕ ਸੂਟ ਨੇ, ਕੋਈ ਵੀ ਡਿਜ਼ਾਇਨ ਓਲਡ ਨਹੀਂ ਹੈਗਾ, ਸਾਰੇ ਨਿਊ ਡਿਜ਼ਾਇਨ ਨੇ। ਅਤੇ ਮੈਂ ਜਾਣਦੀ ਹਾਂ ਕਿ ਤੁਹਾਨੂੰ ਸਾਰੇ ਹੀ ਡਿਜ਼ਾਇਨ ਪਸੰਦ ਆਉਣ ਵਾਲੇ ਨੇ। ਅਤੇ ਪਲੀਜ਼ ਲਾਈਕ ਕਰਿਆ ਕਰੋ ਵੀਡੀਓਜ਼ ਨੂੰ ਤਾਂ ਜੋ ਸਾਨੂੰ ਵੀ ਮੋਟੀਵੇਸ਼ਨ ਮਿਲਦਾ ਰਹੇ ਅਤੇ ਅਸੀਂ ਤੁਹਾਡੇ ਲਈ ਹੋਰ ਸੋਹਣੀਆਂ ਸੋਹਣੀਆਂ ਵੀਡੀਓਜ਼ ਲੈ ਕੇ ਆਉਂਦੇ ਰਹੀਏ। ਅਤੇ ਕਿਸੇ ਵੀ ਤਰ੍ਹਾਂ ਦਾ ਨੈਕ ਡਿਜ਼ਾਇਨ, ਘੇਰਾ ਡਿਜ਼ਾਇਨ, ਪੈਨਲ ਡਿਜ਼ਾਇਨ ਜਾਂ ਬੋਟਮ ਡਿਜ਼ਾਇਨ, ਕਿਸ ਤਰ੍ਹਾਂ ਦਾ ਵੀ ਤੁਹਾਨੂੰ ਡਿਜ਼ਾਇਨ ਚਾਹੀਦਾ ਉਸ ਤਰ੍ਹਾਂ ਦਾ ਹੀ ਤੁਸੀਂ ਡਿਜ਼ਾਇਨ ਲੈ ਸਕਦੇ ਹੋ। ਅਤੇ ਫਰੈਂਡਸ ਮੇਰੀਆਂ ਜੋ ਮੈਂ ਤੁਹਾਨੂੰ ਸੂਟਾਂ ਦੀਆਂ ਵੈਸੇ ਵੀਡੀਓਜ਼ ਦਿਖਾਉਣੀ ਹੁੰਦੀ ਆ, ਪਲੀਜ਼ ਉਹਨਾਂ ਨੂੰ ਵੀ ਵਾਚ ਕਰਿਆ ਕਰੋ ਅਤੇ ਰੈਡੀ ਕਰਕੇ ਨਾਲ ਦੀ ਨਾਲ ਵੀ ਤੁਹਾਨੂੰ ਸੂਟ ਦਿਖਾਏ ਜਾਂਦੇ ਆ, ਉਹਨਾਂ ਨੂੰ ਵੀ ਦੇਖਿਆ ਕਰੋ ਫਰੈਂਡਸ। ਅਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਅਤੇ ਆਪਣੇ ਫਰੈਂਡ ਸਰਕਲ ਵਿੱਚ ਵੀ ਵੀਡੀਓ ਨੂੰ ਭੇਜ ਦਿਆ ਕਰੋ ਤਾਂ ਜੋ ਕਿ ਸਾਰੇ ਮੇਰੀ ਵੀਡੀਓ ਨੂੰ ਦੇਖਣ। ਅਤੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਉਹ ਤੱਕ ਲਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਫਰੈਂਡਸ। ਅਤੇ ਕਰੋ ਇੰਜੋਏ ਵੀਡੀਓ ਨੂੰ, ਅਤੇ ਉਹ ਤੱਕ ਲਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਨੈਕਸਟ ਵੀਡੀਓ ਆਉਣ ਤੱਕ ਹੋਰ ਸੋਹਣੀ ਸੋਹਣੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਲਈ। ਅਤੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਫਰੈਂਡਸ, ਥੈਂਕ ਯੂ ਸੋ ਮੱਚ, ਬਾਏ ਬਾਏ, ਟੇਕ ਕੇਅਰ।